ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਝੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰਤ ਕਾਲ ਦੌਰਾਨ ਬਾਗਾਂ ਦੀ ਸਾਮ ਸੰਭਾਲ ਲਈ ਸਰਕਾਰ ਦਾ ਨਜ਼ਰੀਆ ਜਨ ਤੱਕ ਕਰਨਗੇ ਦੇਸ਼ ਵਿੱਚ ਬਾਗਾਂ ਦੀ ਆਬਾਦੀ ਸਬੰਧੀ ਅੰਕੜੇ ਵੀ ਰੱਖਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Swami Vivekananda ਦਾ ਮੰਨਣਾ ਸੀ ਕਿ ਟਕਮਾਂ ਮੰਚ ਮਿਲਣ ਤੇ ਔਰਤਾਂ ਸਮਾਜ ਦੀ ਅਗਵਾਈ ਕਰ ਸਕਦੀਆਂ ਨੇ ਕੇਂਦਰੀ ਖੇਤੀ ਵਿਗਿਆਨੀਆਂ ਅਤੇ ਮਾਹਰਾਂ ਨੇ ਜਲੰਧਰ ਸਮੇਤ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕਣਕ ਦੇ 122 ਨਮੂਨੇ ਲਏ। ਖੇਤਾਂ ਵਿੱਚੋਂ 33 ਅਤੇ ਮੰਡੀਆਂ ਵਿੱਚੋਂ 92 ਨਮੂਨੇ ਇਕੱਠੇ ਕੀਤੇ ਗਏ। NIA ਵੱਲੋਂ ਪੰਜਾਬ ਦੇ 57 ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ਦੇ ਮੌਕੇ ਤੇ ਮੈਸੂਰ ਵਿੱਚ ਕਰਵਾਏ ਜਾਣ ਵਾਲੇ ਇੱਕ ਸਮਾਗਮ ਦੌਰਾਨ ਦੇਸ਼ ਵਿੱਚ ਬਾਗਾਂ ਦੀ ਆਬਾਦੀ ਸੰਬੰਧੀ ਤਾਜ਼ੇ ਅੰਕੜੇ ਜਾਰੀ ਕਰਨਗੇ ਪ੍ਰਧਾਨ ਮੰਤਰੀ ਅਮਰਿਤਕਾਲ ਦੇ ਦੌਰਾਨ ਬਾਗਾਂ ਦੀ ਸਾਂਭ ਸੰਭਾਲ ਲਈ ਸਰਕਾਰ ਦਾ ਨਜ਼ਰੀਆ ਵੀ ਪੇਸ਼ ਕਰਨਗੇ ਪ੍ਰਧਾਨ ਮੰਤਰੀ ਅੱਜ ਇੰਟਰਨੈਸ਼ਨਲ ਬਿਗ ਕੈਟਸ ਅਲਾਈਅንስ ਦੀ ਸ਼ੁਰੂਆਤ ਵੀ ਕਰਨਗੇ ਉਹਨਾਂ ਵੱਲੋਂ ਪ੍ਰੋਜੈਕਟ ਟਾਈਗਰ ਤਹਿਤ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ਬਾਂਦੀਪੁਰ ਟਾਈਗਰ ਰਿజర్ਵ ਦਾ ਦੌਰਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਮੋਦੂਮਲਾਈ ਟਾਈਗਰ ਰਿజర్ਵ ਵਿੱਚ ਥੇਪਾ ਕੱਡੂ ਹਾਥੀ ਕੈਂਪ ਦਾ ਵੀ ਦੌਰਾ ਕਰਨਗੇ। ਪ੍ਰਧਾਨ ਮੰਤਰੀ ਹੁਣ ਤੋਂ ਥੋੜੀ ਦੇਰ ਪਹਿਲਾਂ ਮੈਸੂਰ ਪੁੱਜ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਔਰਤਾਂ ਸਮਾਜ ਦੀ ਅਗਵਾਈ ਕਰ ਸਕਦੀਆਂ ਨੇ ਅਤੇ ਜੇ ਉਹਨਾਂ ਨੂੰ ਟੁਕਮਾ ਮੰਚ ਦਿੱਤਾ ਜਾਵੇ ਤਾਂ ਉਹ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰ ਸਕਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵਿੱਚ ਵਿਸ਼ਵਾਸ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਸਟਾਰਟਅਪ ਹੋਵੇ ਜਾਂ 에ਅਰ ਫੋਰਸ ਜਾਂ ਉੱਚ ਸਿੱਖਿਆ ਦਾ ਖੇਤਰ ਔਰਤਾਂ ਹਰ ਥਾਂ ਰੁਕਾਵਟਾਂ ਨੂੰ ਤੋੜ ਰਹੀਆਂ ਨੇ ਅਤੇ ਰਿਕਾਰਡ ਬਣਾ ਰਹੀਆਂ ਨੇ ਪ੍ਰਧਾਨ ਮੰਤਰੀ ਕੱਲ ਚੇਨਈ ਦੇ ਵਿਵੇਕਾਨੰਦ ਪਵਨ ਵਿੱਚ ਰਾਮਕ੍ਰਿਸ਼ਨ ਮੱਠ ਦੀ 125ਵੀਂ ਬਰੇਗੰਡ ਦੇ ਜਸ਼ਨਾਂ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਕ੍ਰਿਸ਼ਨ ਮੱਠ ਨੇ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਰਾਮਕ੍ਰਿਸ਼ਨ ਮੱਠ ਸਿੱਖਿਆ ਲਾਇਬ੍ਰੇਰੀਆਂ ਕੁਸ਼ਟ ਰੋਗ ਜਾਗਰੂਕਤਾ ਪੁਨਰਵਾਸ ਪਿੰਡੂ ਵਿਕਾਸ ਵਰਗੇ ਕਈ ਖੇਤਰਾਂ ਵਿੱਚ ਕੰਮ ਕਰ ਰਿਹਾ ਹੈ ਉਹਨਾਂ ਨੇ ਦੁਹਰਾਇਆ ਕਿ ਸਰਕਾਰ ਦਾ ਫਲਸਫਾ ਸਵਾਮੀ ਵਿਵੇਕਾਨੰਦ ਤੋਂ ਪ੍ਰੇਰਿਤ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ Swami ji ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇ ਤੁਸੀਂ ਸਮਾਨਤਾ ਨੂੰ ਯਕੀਨੀ ਬਣਾਉਂਦੇ ਹੋ ਤਾਂ ਸਮਾਜ ਕੁਦਰਤੀ ਤੌਰ ਤੇ ਤਰੱਕੀ ਕਰਦਾ ਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਾਮਲਨਾਡੂ ਦੇ ਛੋਟੇ ਕਾਰੋਬਾਰੀਆਂ ਨੂੰ ਮੁਦਰਾ ਯੋਜਨਾ ਦਾ ਸਭ ਤੋਂ ਵੱਧ ਫਾਇਦਾ ਹੋਇਆ ਏ ਇਸ ਸਕੀਮ ਦੀ 8ਵੀਂ ਵਰੇਗੰਢ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਲਗਭਗ 38 ਕਰੋੜ ਰੁਪਏ ਦੇ ਗਿਰਵੀ ਰਹਿਤ ਕਰਜ਼ੇ ਉਪਲਬਧ ਕਰਵਾਏ ਗਏ ਨੇ ਇਸ ਸਕੀਮ ਦੇ ਲਾਭਪਾਤਰੀਆਂ ਵਿੱਚ ਔਰਤਾਂ ਅਤੇ ਸਮਾਜ ਦੇ ਮਾਝੇ ਵਰਗ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ राव ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦੀ ਆਲੋਚਨਾ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਵਿਕਾਸ ਮੁੱਖ ਮੰਤਰੀ ਦੇ ਏਜੰਡੇ ਵਿੱਚ ਨਹੀਂ ਹੈ ਅਨੁਰਾਗ ਠਾਕੁਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੱਲ ਤੇਲੰਗਾਨਾ ਵਿੱਚ 11300 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਪਰ ਮੁੱਖ ਮੰਤਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਉਨ੍ਹਾਂ ਕਿਹਾ ਕਿ ਰਾਓ ਦਾ ਇਹ ਕਦਮ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹੈ ਭਾਰਤ ਦੀਆਂ ਬਹੁਤ ਸਾਰੀਆਂ ਵਿਲੱਖਣ ਸੱਭਿਆਚਾਰਕ ਪਰੰਪਰਾਵਾਂ ਨੇ ਕੁੰਭ ਮੇਲਾ ਉਹਨਾਂ ਵਿੱਚੋਂ ਇੱਕ ਹੈ ਇਹ ਇੱਕ ਬਹੁਤ ਹੀ ਪ੍ਰਾਚਨ ਪਰੰਪਰਾ ਹੈ ਜੋ ਕਿ 600 ਈਸਾ ਪੂਰਵ ਦੀ ਹੈ ਇਤਿਹਾਸਕਾਰਾਂ ਦੇ ਅਨੁਸਾਰ ਕੁੰਭ ਆਪਣੀ ਮੌਜੂਦਾ ਰੂਪ ਵਿੱਚ ਔਜੈਨ ਦੇ ਰਾਜਾ ਹਰਸ਼ਵਰਧਨ ਦੇ ਰਾਜ ਦੌਰਾਨ ਸ਼ੁਰੂ ਹੋਇਆ ਸੀ ਬਾਅਦ ਵਿੱਚ ਪ੍ਰਿਆਗਰਾਜ ਵਿੱਚ ਅਰਧ ਕੁੰਭ ਆਇਆ 30 ਦਸੰਬਰ 2018 ਨੂੰ ਪ੍ਰਸਾਰਿਤ ਮੰਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਲਈ ਕੁੰਭ ਦਾ ਕੀ ਅਰਥ ਹੈ कुंभ का स्वरूप विराट होता है जितना दिव्य उतना ही भव्य देश और दुनिया भर के लोग आते हैं और कुंभ से जुड़ जाते हैं कुंभ मेले में आस्था और श्रद्धा का जन सागर उमड़ता है एक साथ एक जगह पर देश विदेश के लाखों करोड़ों लोग जुटते हैं कुंभ की परंपरा हमारी महान सांस्कृतिक विरासत से पुष्पित और पल्लवित हुई है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਪਾਰਟੀ ਸੂਤਰਾਂ ਮੁਤਾਬਕ ਨਵੀਂ ਦਿੱਲੀ ਵਿੱਚ ਬੀਜੇਪੀ ਦੇ ਹੈੱਡਕੁਆਰਟਰ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਉਮੀਦਵਾਰਾਂ ਦੀ ਅੰਤਿਮ ਸੂਚੀ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੱਲ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਹੇਠ ਪਾਰਟੀ ਦੇ ਸੰਸਦੀ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਉੱਗੇ ਆਗੂਆਂ ਨੇ ਹਿੱਸਾ ਲਿਆ ਅਤੇ ਸੰਭਾਵਿਤ ਉਮੀਦਵਾਰਾਂ ਦੇ ਨਾਮਾਂ ਤੇ ਚਰਚਾ ਕੀਤੀ 224 ਮੈਂਬਰੀ ਕਰਨਾਟਕ ਵਿਧਾਨ ਸਭਾ ਲਈ 10 ਮਈ ਨੂੰ ਵੋਟਾਂ ਪੁਆਈਆਂ ਜਾਣਗੀਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਇਸੇ ਦੌਰਾਨ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਕੇਂਦਰੀ ਖੁਰਾਕ ਮੰਤਰਾਲੇ ਦੇ ਖੇਤੀ ਵਿਗਿਆਨੀ ਕੰਮ ਤਕਨੀਕੀ ਅਫਸਰਾਂ ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਬੇਮੌਸਮੀ ਬਾਰਿਸ਼ ਅਤੇ ਝੱਖੜ ਕਾਰਨ ਖਰਾਬ ਹੋਈ ਫਸਲ ਦੇ ਨਮੂਨੇ ਲੈਣ ਦਾ ਕੰਮ ਜਾਰੀ ਹੈ ਦੋ ਦਿਨਾਂ ਦੌਰਾਨ ਇਸ ਟੀਮ ਵੱਲੋਂ ਨਵੀਂ ਕਣਕ ਦੇ तकरीबन 122 ਨਮੂਨੇ ਲਏ ਗਏ ਨੇ ਜਿਨ੍ਹਾਂ ਵਿੱਚੋਂ 30 ਨਮੂਨੇ ਖੇਤਾਂ ਵਿੱਚੋਂ ਲਏ ਗਏ ਨੇ ਜਦਕਿ 92 ਨਮੂਨੇ ਮੰਡੀਆਂ ਵਿੱਚੋਂ ਇਕੱਠੇ ਕੀਤੇ ਗਏ ਨੇ ਇਹ ਟੀਮ ਹੁਣ ਤੱਕ ਪੰਜਾਬ ਦੇ 7 ਜ਼ਿਲ੍ਹਿਆਂ ਫਾਜ਼ਿਲਕਾ ਫਿਰੋਜ਼ਪੁਰ ਜਲੰਧਰ ਸੰਗਰੂਰ ਪਟਿਆਲਾ ਮੁਹਾਲੀ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਚੁੱਕੀ ਹੈ ਕੌਮੀ ਜਾਂਚ ਏਜੰਸੀ NIA ਨੇ ਪੰਜਾਬ ਦੇ 57 ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਨੇ ਸੂਬਾ ਸਰਕਾਰ ਨੂੰ ਇੱਕ ਖੱਤ ਲਿਖ ਕੇ ਗੈਂਗਸਟਰਾਂ ਤੇ ਅੱਤਵਾਦੀਆਂ ਦੀਆਂ ਚੱਲ ਅਚੱਲ ਜਾਇਦਾਦਾਂ ਦਾ ਰਿਕਾਰਡ ਮੰਗਿਆ। ਇਹ ਖੱਤ ਮਿਲਣ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਗੈਂਗਸਟਰਾਂ ਦੀਆਂ ਜਾਇਦਾਦਾਂ ਦਾ ਸਬੰਧੀ ਵੇਰਵਾ ਭੇਜਣ ਲਈ ਆਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪੱਧਰ ਤੇ ਪ੍ਰਸ਼ਾਸਨ ਨੇ ਆਪੋ ਆਪਣੇ ਇਲਾਕੇ ਵਿੱਚ ਗੈਂਗਸਟਰਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਂ ਤੇ ਦਰਜ ਜਾਇਦਾਦਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਤ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਅਸੈਂਬਲੀ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਜਲੰਧਰ ਉਤਰੀ ਹਲਕੇ ਵਿੱਚ ਕੱਲ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ ਹੈ ਇਹਨਾਂ ਦੋਹਾਂ ਪਾਰਟੀਆਂ ਦੀਆਂ ਨੀਤੀਆਂ ਨਾਲ ਸੂਬੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਇਸ ਮੌਕੇ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਮੇਤ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਵਿੱਚ ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਪਾਰਟੀ ਦਫ਼ਤਰ ਦਾ ਸ਼ੁਭ ਆਰੰਭ ਕੱਲ ਹਵਨ ਯਗ ਦੇ ਮੰਤਰਾਂ ਵਿਚਾਰੇ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੋਦਾਨ ਸਿੰਘ ਅਤੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਉਚੇਚੀ ਤੌਰ ਤੇ ਮੌਜੂਦ ਰਹੇ ਆਪਣੇ ਸੰਬੋਧਨ ਵਿੱਚ ਸੋਦਾਨ ਸਿੰਘ ਨੇ ਕਿਹਾ ਕਿ ਇਸ ਜਮਨੀ ਚੋਣ ਲਈ ਪਾਰਟੀ ਨੇ ਆਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਅਤੇ ਹਰ ਅਸੈਂਬਲੀ ਹਲਕੇ ਦੇ ਆਗੂਆਂ ਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਤੇ ਪਾਰਟੀ ਲੋਕ ਸਭਾ ਦੀ ਜਮਨੀ ਚੋਣ ਲੜ ਰਹੀ ਏ ਅਸ਼wini ਸ਼ਰਮਾ ਨੇ ਕਿਹਾ ਕਿ ਅੱਜ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮੜਾ ਗਈਏ ਅਤੇ ਮੌਜੂਦਾ ਸਰਕਾਰ ਦੇ 1 ਸਾਲ ਦੀ ਕਾਰਗੁਜ਼ਾਰੀ ਦੌਰਾਨ ਲੋਕ ਪਰੇਸ਼ਾਨ ਹੋ ਗਏ ਨੇ ਉਹਨਾਂ ਕਹਿਆ ਕਿ ਜਲੰਧਰ ਦੇ ਵਿਕਾਸ ਦੀ ਰਫ਼ਤਾਰ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਦਾ ਸੰਸਦ ਹੀ ਰਫ਼ਤਾਰ ਦੇ ਸਕਦਾ ਹੈ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ ਸਮੇਤ ਹੋਰ ਨੇਤਾ ਵੀ ਇਸ ਮੌਕੇ ਮੌਜੂਦ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਰਲ ਕੇ ਲੜਨ ਦਾ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੱਲ ਜਲੰਧਰ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਗੱਠ ਜੋੜਦੇ ਉਮੀਦਵਾਰ ਦਾ ਐਲਾਨ ਕਰੇਗਾ ਅਤੇ ਦੋਵਾਂ ਪਾਰਟੀਆਂ ਦੇ ਵਰਕਰ ਚੋਣ ਮੋਹਮ ਸ਼ੁਰੂ ਕਰ ਦੇਣਗੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਬੇਮੌਸਮੀ ਬਰਸਾਤ ਤੇ ਹਨੇਰੀ ਚਖੜ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਬਾਰੇ ਸੂਬਾ ਸਰਕਾਰ ਗੰਭੀਰ ਨਹੀਂ ਹੈ ਅਤੇ ਅਧਿਕਾਰੀਆਂ ਨੂੰ 33% ਤੋਂ ਵੱਧ ਨੁਕਸਾਨ ਨਾ ਦਿਖਾਉਣ ਲਈ ਆਖਿਆ ਗਿਆ ਹੈ ਉਨਾ ਸਪਸ਼ਟ ਕੀਤਾ ਕਿ ਜੇਕਰ ਨੁਕਸਾਨ ਦਾ ਸਹੀ ਜਾਇਜ਼ਾ ਨਾ ਲਿਆ ਗਿਆ ਤਾਂ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਸੜਕਾਂ ਤੇ ਉੱਤਰ ਕੇ ਸਰਕਾਰ ਦਾ ਵਿਰੋਧ ਕਰਨਗੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣਾ ਵੀ ਹਾਸੋਹੀਣਾ ਕਦਮ ਹੈ ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਆਉਂਦੇ ਸਮੇਂ ਵਿੱਚ ਲੋਕਾਂ ਨੂੰ ਬਿਜਲੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਅਤੇ ਸੁੱਖ ਆਰਾਮ ਤੇ ਤਣਾਅ ਰਹਿਤ ਜੀਵਨ ਜਿਉਣ ਲਈ ਰੂਪਨਗਰ ਸ਼ਹਿਰ ਲਾਗੇ ਪਿੰਡ ਹਵੇਲੀ ਕਲਾਂ ਵਿਖੇ ਬਣਿਆ ਆਪਣਾ ਘਰ ਬੇਹੱਦ ਮਦਦਗਾਰ ਬਣ ਰਿਹਾ ਏ ਇਸ ਦੀ ਸਥਾਪਨਾ ਦਿੱਲੀ ਪੁਲਿਸ ਦੇ ਸਾਬਕਾ ਸਹਾਇਕ ਕਮਿਸ਼ਨਰ ਮਰਹੂਮ ਐਲ ਆਰ ਮੁੰਦਰਾ ਨੇ 2006 ਵਿੱਚ ਕੀਤੀ ਸੀ ਇੱਕ ਰਿਪੋਰਟ ਚਾਹ ਦੀਆਂ ਚੁਸਕੀਆਂ ਲੈਂਦੇ ਇਹ ਬਜ਼ੁਰਗ ਰੋਪੜ ਵਿਖੇ ਆਪਣਾ ਘਰ ਵਿੱਚ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰ ਰਹੇ ਨੇ ਏ ਆਪਣਾ ਘਰ ਦਿੱਲੀ ਪੁਲਿਸ ਦੇ ਸਾਬਕਾ ਸਹਾਇਕ ਕਮਿਸ਼ਨਰ ਮਰਹੂਮ ਐਲ ਆਰ ਮੁੰਦਰਾ ਨੇ ਆਪਣੀ ਪਤਨੀ ਸਰਸwati ਦੇਵੀ ਮੁੰਦਰਾ ਦੀ ਯਾਦ ਵਿੱਚ ਸਥਾਪਿਤ ਕੀਤਾ ਹੈ ਇਸ ਦੀ ਦੇਖਰੇਖ ਸਰਸwati ਦੇਵੀ ਮੁੰਦਰਾ ਚੈਰੀਟੇਬਲ ਟਰਸਟ ਕਰਦਾ ਹੈ ਤਕਰੀਬਨ 1400 ਵਰਗ ਗਜ ਵਿੱਚ ਫੈਲਿਆ ਇਹ ਆਪਣਾ ਘਰ ਰੂਪਨਗਰ ਜ਼ਿਲ੍ਹੇ ਵਿੱਚ ਬਜ਼ੁਰਗਾਂ ਲਈ ਆਪਣਾ ਬੁਢਾਪਾ ਆਰਾਮ ਨਾਲ ਬਿਤਾਉਣ ਦਾ ਇੱਕ ਆਸਰਾ ਹੈ ਆਪਣੇ ਹੀ ਬੱਚਿਆਂ ਤੋਂ ਠੁਕਰਾਇਆ ਜਾਂ ਹਾਲਾਤ ਤੋਂ ਮਜਬੂਰ ਇਹ ਬਜ਼ੁਰਗ ਇਸ ਆਪਣਾ ਘਰ ਵਿੱਚ ਬੇਹਦ ਖੁਸ਼ੀ ਨਾਲ ਆਪਣੀ ਜ਼ਿੰਦਗੀ ਦੇ ਆਖਰੀ ਬਰੇ ਬਿਤਾ ਰਹੇ ਨੇ ਇੱਥੇ ਸਹੂਲਤਾਂ ਸਭ ਠੀਕ ਹੈ ਘਰ ਵਰਗਾ ਮਾਹੌਲ ਹੈ ਮੈਂ ਟਾਈਮ 'ਤੇ ਹਰ ਚੀਜ਼ ਮਿਲ ਜਾਂਦੀ ਹੈ ਜੇ ਜ਼ਰੂਰਤ ਹੋਵੇ ਤਾਂ ਡਾਕਟਰ ਦੀ ਤੇ ਉਹ ਵੀ ਉਹ ਆ ਕੇ ਲੈ ਆਉਂਦੇ ਸਾਨੂੰ ਮਰ ਐਕਸੀਡੈਂਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੇਰੇ ਪਿੱਛੇ ਕੋਈ ਦੇਖ ਰੱਖ ਵਾਸਤੇ ਹੈ ਨਹੀਂ ਸੀ ਤੇ 2017 ਚ ਮੈਨੂੰ ਇੱਥੇ ਆਇਆ ਮੈਂ ਤੇ ਇੱਥੇ ਆਉਣ ਤੋਂ ਬਾਅਦ ਮੈਨੂੰ ਤਕਰੀਬਨ ਜਿਵੇਂ ਘਰ ਵਾਲਾ ਮਾਹੌਲ ਹੈ ਇਦਾਂ ਸਾਰਾ ਸਿਸਟਮ ਇੱਥੋਂ ਦਾ ਹੈਗਾ ਹਰ ਚੀਜ਼ ਅਵੇਲੇਬਲ ਹੁੰਦੀ ਹੈ ਜੋ ਸਾਨੂੰ ਚਾਹੀਦੀ ਉਹ ਮਿਲਦੀ ਹੈ ਇਹ ਸਾਰਾ ਕੁਝ ਬਹੁਤ ਵਧੀਆ ਜੀ ਸਰੀ ਚੰਗੀ ਤਰ੍ਹਾਂ ਦੇਖ ਰਿਹਾ ਹੁੰਦੀ ਹੈ ਸਾਰੇ ਲੋਕ ਬਹੁਤ ਚੰਗੀ ਤਰ੍ਹਾਂ ਪੁੱਛ ਕੇ ਚੱਕਦੇ ਖਾਣਾ ਪੀਣਾ ਬਹੁਤ ਵਧੀਆ ਜੀ ਤੇ ਭਾਵੇਂ ਬਜ਼ੁਰਗ ਆਪਣਾ ਘਰ ਵਿੱਚ ਮੁਫਤ ਸਹੂਲਤਾਂ ਦਾ ਆਨੰਦ ਮਾਣਦੇ ਨੇ ਪਰ ਟਰਸਟ ਨੇ ਪੇ ਐਂਡ ਸਟੇ ਯੋਜਨਾ ਵੀ ਬਣਾਈ ਹੋਈ ਹੈ ਤਾਂ ਜੋ ਕੁਝ ਪੈਸੇ ਖਰਚ ਕੇ ਇੱਥੇ ਰਹਿਣ ਦੇ ਇੱਛੁਕ ਬਜ਼ੁਰਗ ਆਪਣਾ ਜੀਵਨ ਜੀ ਸਕਣ ਇਸ ਦਾ ਪੂਰਾ ਖਰਚ ਟਰਸਟ ਵੱਲੋਂ ਵਹਿਨ ਕੀਤਾ ਜਾਂਦਾ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਖਾਣੇ ਦਾ ਰਹਿਣ ਦਾ ਵਧੀਆ ਕਮਰੇ ਡਬਲ ਬੈੱਡ ਲੱਗੇ ਹੋਏ ਅਟੈਚਡ ਬਾਥਰੂਮ ਤੇ ਪੜ੍ਹ ਲਿਖਣ ਵਾਸਤੇ ਇੱਥੇ ਅਖਬਾਰਾ ਲੱਜਾ ਹਰ ਹਰ ਪਾਸ਼ਾ ਦੇ ਮੈਗਜ਼ੀਨ ਆਉਂਦੇ ਨੇ ਤੇ ਟੈਲੀਵਿਜ਼ਨ ਲੱਗੇ ਨੇ ਜਿਹੜੇ ਹਰ ਤਰ੍ਹਾਂ ਦਾ ਘਰਵਾਗਾ ਮਾਹੌਲ ਉਸੇ ਕ੍ਰੀਏਟ ਕੀਤਾ ਬਜ਼ੁਰਗ ਇੱਥੇ ਆਉਂਦੇ ਨੇ ਰਹਿੰਦੇ ਨੇ ਬੜੇ ਆਰਾਮਦਾਰ ਆਪਣਾ ਜ਼ਿੰਦਗੀ ਬਤੀਤ ਕਰਦੇ ਨੇ ਅਸੀਂ ਉਹਨਾਂ ਦਾ ਤਕਰੀਬਨ ਪੂਰਾ ਪੂਰਾ ਖਿਆਲ ਰੱਖੀਦਾ ਤੇ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਇਹਨਾਂ ਨੂੰ ਅਸੀਂ ਕਿਸੇ ਚੀਜ਼ ਤੋਂ ਵਾਂਝੇ ਰੱਖਿਆ ਹੋਵੇ ਤੇ ਇਹ ਸਾਰੇ ਸਾਡੇ ਨਾਲ ਇੰਜੋਏ ਕਰਦੇ ਨੇ ਅਵਿਚ ਵਿੱਚ ਇਹਨਾਂ ਦੇ ਨਾਲ ਅਸੀਂ ਜੋ ਵੀ ਛੋਟੇ ਮੱਟੇ ਕੰਮ ਦੇ ਵਿੱਚ ਇਹਨਾਂ ਦੀ ਮਦਦ ਵੀ ਕਰਦੇ ਹਾਂ ਜਿੱਦਾਂ ਕੋਈ ਦਵਾਈਆਂ ਲਿਆਣੀਆਂ ਹੈ ਜਾਂ ਕਿਸੇ ਦੇ ਅੱਖਾਂ ਦਿਖਾਣੀਆਂ ਹੈ ਜਾਂ ਦੰਦ ਦਿਖਾਣੇ ਹੈ ਇਹਦੇ ਵਿੱਚ ਅਸੀਂ ਡਾਕਟਰ ਸਾਹਿਬ ਕੋਲ ਲੈ ਕੇ ਜਾਂਦੇ ਹਾਂ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਸੁੱਖ ਆਰਾਮ ਤੇ ਤਣਾਅ ਰਹਿਤ ਜੀਵਨ ਜਿਉਣ ਵਿੱਚ ਇਹ ਆਪਣਾ ਕਰ ਮਦਦਗਾਰ ਬਣਿਆ ਹੋਇਆ ਏ ਰੋਪੜ ਤੋਂ ਅਵਤਾਰ ਸਿੰਘ ਕੰਬੋਜ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਜਲੰਧਰ ਵਿੱਚ ਲਾ ਫੈਸਟ ਆਗਾਜ਼ 2023 ਦਾ ਆਯੋਜਨ ਲਾ ਡਿਪਾਰਟਮੈਂਟ ਵੱਲੋਂ ਕੀਤਾ ਗਿਆ ਇਸ ਦੌਰਾਨ ਕਾਨੂੰਨੀ ਕਲਾ ਅਤੇ ਸਾਹਿਤਿਕ ਮੁਕਾਬਲੇ ਕਰਵਾਈ ਗਏ ਜਿਸ ਵਿੱਚ ਟ੍ਰਾਇਲ ਕਲਾਇੰਟ ਕਾਉਂਸਲਿੰਗ ਬਹਿਸ ਕਾਨੂੰਨੀ ਕੁਇਜ਼ ਪੋਸਟਰ ਮੇਕਿੰਗ ਅਤੇ ਰੰਗੋਲੀ ਸ਼ਾਮਲ ਰਹੇ ਖਪਤਕਾਰ ਝਗੜਾ ਨਿਵਾਰਨ ਫੋਰਮ ਦੇ ਪ੍ਰਧਾਨ ਡਾਕਟਰ ਹਰਵੀਨ ਭਾਰਦਵਾਜ ਅਤੇ ਸੀ ਜੀ ਐਮ ਡਾਕਟਰ ਗਗਨਦੀਪ ਕੌਰ ਇਸ ਦੇ ਮੁੱਖ ਮਹਿਮਾਨ ਰਹੇ ਜਲੰਧਰ ਦੇ ਏ ਡੀ ਸੀ ਪੀ ਤੂ ਆਦਿੱਤਿਆ ਅਤੇ ਐਸਪੀ ਸਰਵਜੀਤ ਸਿੰਘ ਸਮੇਤ ਕਈ ਹੋਰ ਸ਼ਖਸੀਤਾਂ ਵੀ ਇਸ ਮੌਕੇ ਮੌਜੂਦ ਰਹੀਆਂ ਇਸ ਤੋਂ ਇਲਾਵਾ ਡਾਂਸ ਫੈਸ਼ਨ ਸ਼ੋਅ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਭਾਰਤੀ ਮੌਸਮ ਗਿਆਨ ਵਿਭਾਗ ਨੇ ਪੰਜਾਬ ਅਤੇ ਕੌਮੀ ਰਾਜਧਾਨੀ ਦਿੱਲੀ ਸਮੇਤ ਉੱਤਰ ਪੱਛਮੀ ਸੂਬਿਆਂ ਵਿੱਚ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਜਤਾਈਏ ਅਗਲੇ ਕੁਝ ਦਿਨਾਂ ਦੌਰਾਨ ਪਾਰਾ 2 ਤੋਂ 4 ਡਿਗਰੀ ਤੱਕ ਚੜ੍ਹਨ ਦੀ ਸੰਭਾਵਨਾ ਜਤਾਈ ਗਈਏ ਇਸ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ ਹੇਠਾਂ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਲੂ ਨਾ ਚੱਲਣ ਦੀ ਸੰਭਾਵਨਾ ਪ੍ਰਗਟਾਈਏ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਚੌਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰਤ ਕਾਲ ਦੌਰਾਨ ਬਾਗਾਂ ਦੀ ਸਾਮ ਸੰਭਾਲ ਲਈ ਸਰਕਾਰ ਦਾ ਨਜ਼ਰੀਆ ਜਨਤਾ ਕਰਨਗੇ ਦੇਸ਼ ਵਿੱਚ ਬਾਗਾਂ ਦੀ ਆਬਾਦੀ ਸੰਬੰਧੀ ਅੰਕੜੇ ਵੀ ਰੱਖਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Swami Vivekananda ਦਾ ਮੰਨਣਾ ਸੀ ਕਿ ਟੁਕਮਾ ਮੰਚ ਮਿਲਣ ਤੇ ਔਰਤਾਂ ਸਮਾਜ ਦੀ ਅਗਵਾਈ ਕਰ ਸਕਦੀਆਂ ਨੇ ਕੇਂਦਰੀ ਖੇਤੀ ਵਿਗਿਆਨੀਆਂ ਅਤੇ ਮਹਾਰਾ ਨੇ ਜਲੰਧਰ ਸਮੇਤ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕਣਕ ਦੇ 122 ਨਮੂਨੇ ਲਏ ਖੇਤਾਂ ਵਿੱਚੋਂ 30 ਅਤੇ ਮੰਡੀਆਂ ਵਿੱਚੋਂ 92 ਨਮੂਨੇ ਇਕੱਠੇ ਕੀਤੇ ਗਏ NIA ਵੱਲੋਂ ਪੰਜਾਬ ਦੇ 57 ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ اجازت ਦਿਓ ਨਮਸਕਾਰ